ਜਾਣਕਾਰੀ ਕਿੰਨਾ ਕੁ ਮਹਿੰਗਾ ਹੋਇਆ ਬੀਜ ਆ ਅਤੇ ਕਿੰਨਾ ਕੁ ਬੋਝ ਪਿਆ ਕਿਸਾਨਾਂ 'ਤੇ? ਪਿਛਲੇ ਸਾਲ ਕੀ ਰੇਟ ਸੀ ਅਤੇ ਇਸ ਸਾਲ ਕੀ ਰੇਟ ਹੈ? ਪਿਛਲੇ ਸਾਲ ਤਾਂ ਜੀ ਰੇਟ ਸੀਗਾ 20 ਤੋਂ 30 ਰੁਪਏ ਕਿਲੋ ਦੇ ਵਿੱਚ ਸੀਗਾ, ਅਤੇ ਐਗਤੀ 80 ਤੋਂ 100 ਰੁਪਏ ਕਿਲੋ ਦੇ ਵਿੱਚ ਰੇਟ ਚੱਲ ਰਿਹਾ ਝੋਨੇ ਦੇ ਬੀਜ ਦਾ। ਅਤੇ ਕਿਸਾਨਾਂ 'ਤੇ ਆਰਥਿਕ ਬੋਝ ਤਾਂ ਬਹੁਤ ਪੈ ਰਿਹਾ, ਕਿਉਂਕਿ ਜਿਹੜਾ ਬੀਜ 6000 ਦਾ ਆਉਣਾ ਸੀਗਾ 2 ਕੁਇੰਟਲ, ਹੁਣ ਉਹੀ 24-25 ਹਜ਼ਾਰ ਦਾ ਆਉਣਾ ਜੀ। ਕਿੰਨਾ ਕੁ ਬੋਝ ਕਿੰਨਾ ਕੁ ਪੈ ਰਿਹਾ ਕਿਸਾਨਾਂ ਨੇ ਜਿਹੜੇ ਬੀਜ ਬੀਜਣੇ ਨੇ? ਕਿਹੜੇ ਕਿਹੜੇ ਬੀਜ ਮਹਿੰਗੇ ਹੋਏ ਨੇ? ਬੀਜ ਜੀ ਜਿਹੜਾ 44 ਪੂਛਾ ਉਹਦਾ ਜ਼ਿਆਦਾ ਰੇਟ ਮਹਿੰਗਾ ਹੋਇਆ, ਅਤੇ ਬਾਕੀ ਤਾਂ ਬੀਜਾਂ ਦਾ ਠੀਕ ਆ। ਜ਼ਿਆਦਾ ਲੋਕਾਂ ਨੇ ਬੀਜਣਾ ਇਹੀ ਬੀਜ ਆ, 44 ਪੂਛਾ ਜ਼ਿਆਦਾ ਬੀਜਣਾ ਹੈਗਾ ਜੀ। ਕੋਈ ਵਿਭਾਗ ਵੱਲੋਂ ਕੋਈ ਕਾਰਵਾਈ ਵਗੈਰਾ ਕੀਤੀ ਗਈ ਹੈ ਕਿ ਨਹੀਂ? ਪ੍ਰਾਈਵੇਟ ਹੀ ਹੈ, ਕੋਈ ਸਰਕਾਰੀ ਮਿਲ ਰਿਹਾ ਬੀਜ ਕਿ ਨਹੀਂ? ਨਹੀਂ, ਸਰਕਾਰੀ ਤਾਂ ਇਹ ਬੀਜ ਆਉਂਦਾ ਹੀ ਨਹੀਂ ਜੀ। ਸਰਕਾਰੀ ਤਾਂ 121, 122, 122, 127 ਇਹ ਬੀਜ ਆ ਰਹੇ। ਅੱਛਾ, ਉਹਨਾਂ ਦਾ ਰੇਟ ਕੀ ਆ? ਉਹਨਾਂ ਦਾ ਰੇਟ ਹੀ 50-60 ਰੁਪਏ ਕਿਲੋ ਹੈਗਾ ਜੀ। ਅੱਛਾ, ਪਿਛਲੇ ਸਾਲ ਨਾਲੋਂ ਇਸ ਵਾਰੀ ਬੀਜ ਸਾਰੇ ਮਹਿੰਗੇ ਹੋਏ ਨੇ? ਹਾਂਜੀ, 3 ਗੁਣਾ ਰੇਟ ਹੋਵੇ ਜੀ ਜ਼ਿਆਦਾ। ਮੰਨਦੇ ਨਹੀਂ ਵੀ ਜੇ ਜਿਹੜੇ ਬੀਜ ਦੀ ਮੰਗ ਜ਼ਿਆਦਾ ਹੈ ਤਾਂ ਉਹਦੇ ਵਿੱਚ ਡੁਪਲੀਕੇਟ ਬੀਜ, ਨਕਲੀ ਬੀਜ ਵੀ ਆਉਣਗੇ? ਉਹਦਾ ਆਊਗਾ ਜੀ, ਉਹਦਾ ਆਊਗਾ ਹੀ ਆਊਗਾ। ਬਾਹਰ ਥੈਲੇ ਹੋਰ ਹੋਣਗੇ, ਬੀਜ ਵਿੱਚ ਹੋਰ ਹੋਊਗਾ, ਜ਼ਿਮੀਂਦਾਰਾਂ ਨੂੰ ਠੱਗਿਆ ਜਾਊਗਾ ਜ਼ਰੂਰ ਇਸ ਵਾਰ। ਕੀ ਮੰਗ ਕੀ ਕਰਦੇ ਹੋ, ਕੀ ਚਾਹੀਦਾ ਕੀ ਹੈ ਵਿਭਾਗ ਨੂੰ? ਵਿਭਾਗ ਨੂੰ ਜੀ, ਜਿਨ੍ਹਾਂ ਦਾ ਸਟੋਰ ਕੀਤਾ ਬੀਜ ਉਹ ਤਾਂ ਉਹਨਾਂ 'ਤੇ ਕਾਰਵਾਈ ਕਰਨੀ ਚਾਹੀਦੀ ਆ। ਬੀਜ ਉਹਨਾਂ ਤੋਂ ਲੈ ਕੇ ਜ਼ਿਮੀਂਦਾਰਾਂ ਨੂੰ ਦੇਣਾ ਚਾਹੀਦਾ, ਸਸਤੇ ਰੇਟ 'ਤੇ ਦੇਣਾ ਚਾਹੀਦਾ, ਸਬਸਿਡੀ 'ਤੇ ਦੇਣਾ ਚਾਹੀਦਾ। ਇਸ ਚੈਨਲ 'ਤੇ ਮੇਰੀ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਕਿ ਜਿਹੜਾ ਝੋਨੇ ਦਾ ਬੀਜ ਆ ਉਹ ਤਕਰੀਬਨ ਕੋਸ਼ਿਸ਼ ਕਰਿਆ ਕਰਨ, ਇਹ ਆਪਦੇ ਰੱਖਿਆ ਕਰਨ, ਬਹੁਤ ਹੀ ਥੋੜ੍ਹੇ ਜੇ ਆਪਦੇ ਹੱਥ ਨਾਲ ਵੱਢਣ ਅਤੇ ਉਹਨੂੰ ਸਾਂਭਣ। ਜੇ ਤੁਸੀਂ 4 ਕਿੱਲੇ ਬੀਜਣੇ ਆ ਅਤੇ 1 ਮਰਲੇ 'ਚੋਂ ਤੁਹਾਡੇ 4 ਕਿੱਲੇ ਦਾ ਬੀਜ ਪੈਦਾ ਹੋ ਸਕਦਾ, ਔਰ ਉਹਨੂੰ ਸਾਂਭ ਕੇ ਆਪਦਾ ਸੰਭਾਲ ਕੇ ਰੱਖਣ, ਬੀਜ ਲਾ ਕੇ ਬੀਜਣ, ਉਹ 'ਚ ਕੋਈ ਉਹਦੇ ਜਿਹੜਾ ਹੈਗਾ ਨਾ ਝਾੜ ਨਹੀਂ ਕੱਟਦਾ। ਔਰ ਦੂਜੀ ਗੱਲ, ਜਿਹੜੇ ਹੈਗੇ ਪ੍ਰਾਈਵੇਟ ਕੰਪਨੀਆਂ ਵੱਲੋਂ ਜਿਹੜੇ ਬੀਜ ਦੇ ਰੇਟ ਹਾਈ ਹੈ, ਇਹਦੇ 'ਤੇ ਬੀਜ ਦਾ ਜਿਹੜਾ ਰੇਟ 'ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ ਕਿ ਪ੍ਰਾਈਵੇਟ ਅੰਡਰਟੇਕਿੰਗ ਹੈ, ਇਹ ਆਪਦੀ ਮਨਮਰਜ਼ੀ ਨਾਲ ਰੇਟ ਲਾ ਸਕਦੇ ਆ ਅਤੇ ਲਾਈ ਜਾਂਦੇ ਆ। ਔਰ ਮੈਂ ਪਰ ਜ਼ਿਮੀਂਦਾਰ ਨੂੰ ਫਿਰ ਵਾਰ ਵਾਰ ਕੋਸ਼ਿਸ਼ ਕਰੂੰਗਾ ਕਿ ਜਿੰਨਾ ਕੁ ਬੀਜ ਚਾਹੀਦਾ ਹੈ, ਜਿੰਨਾ ਕੁ ਲੋੜ ਹੈ, ਓਨਾ ਹੀ ਖਰੀਦਣ, ਔਰ ਮਹਿੰਗੇ ਬੀਜਾਂ ਮਗਰ ਨਾ ਜਾਣ, ਇਹਨਾਂ ਦਾ ਝਾੜ ਨਹੀਂ ਵੱਧਦਾ ਗਾ, ਇਹਨਾਂ ਆਪਦੇ ਬੀਜ ਹੀ ਸਾਂਭ ਕੇ ਰੱਖਣ। ਜਿਵੇਂ ਹੁਣ ਇਹ ਮੰਗ ਵਧਣ ਨਾਲ ਨਕਲੀ ਬੀਜਾਂ ਦਾ ਵੀ ਸ਼ੰਕਾ ਵੱਧ ਜਾਂਦੀ ਹੈ ਵੀ ਬਾਜ਼ਾਰ 'ਚ ਆਉਣਗੇ, ਕੋਈ ਇਹਨਾਂ ਦੇ ਖਿਲਾਫ਼ ਕੋਈ ਸਖਤੀ ਵੀ ਕਰੋਗੇ ਦੁਕਾਨਦਾਰਾਂ ਖਿਲਾਫ਼ ਜਿਹੜੇ ਇੰਨੇ ਵੱਧ ਰੇਟ ਵਸੂਲੇ ਜਾ ਰਹੇ? ਜੇ ਕੋਈ ਨਕਲੀ ਬੀਜ ਦੀ ਸਾਨੂੰ ਇਨਫੋਰਮੇਸ਼ਨ ਮਿਲੀ ਤਾਂ ਅਸੀਂ ਕਾਨੂੰਨ ਮੁਤਾਬਕ ਉਹਨਾਂ ਦੀ ਕਾਰਵਾਈ ਵੀ ਕਰਾਂਗੇ, ਅਤੇ ਜੇ ਕੋਈ ਹੋਰ ਕੋਈ ਲਾਇਸੈਂਸ ਕੈਂਸਲ ਕਰਨਾ, ਅਸੀਂ ਲਾਇਸੈਂਸ ਵੀ ਕੈਂਸਲ ਕਰਾਂਗੇ। ਹੋਰ ਕਾਰਵਾਈ ਸਖਤ ਜਾਂ ਪੁਲਿਸ ਵਾਲੀ ਕਾਰਵਾਈ ਕਰਨੀ ਲੋੜ ਪਏ ਤਾਂ ਅਸੀਂ ਉਹ ਵੀ ਕਾਰਵਾਈ ਕਰਾਂਗੇ। ਜਿਹੜੇ ਰੇਟ ਵੱਧ ਵਸੂਲੇ ਜਾ ਰਹੇ ਨੇ ਇਹਨਾਂ ਦੇ ਖਿਲਾਫ਼ ਵੀ? ਰੇਟ ਵੱਧ ਵਸੂਲਣਾ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ, ਰੇਟ ਵਸੂਲ ਜਿਹੜੇ ਹੈਗਾ ਇਹ ਆਪਦੀਆਂ ਪ੍ਰਾਈਵੇਟ ਕੰਪਨੀਆਂ, ਇਹ ਆਪਦੇ ਆਪ ਹੀ ਨਿਰਧਾਰਿਤ ਬੀਜ ਕਰ ਰੇਟ ਕਰਦੀਆਂ। ਉਹਨਾਂ 'ਤੇ ਕੋਈ ਜ਼ਿਆਦਾ ਹੀ ਜਾਂ ਬਾਹਲਾ ਮਹਿੰਗਾ ਲਾਊਗਾ ਤਾਂ ਅਸੀਂ ਕਾਰਵਾਈ ਕਰਾਂਗੇ, ਨਹੀਂ ਇਹ ਆਪਦੇ ਇੰਡੀਪੈਂਡੈਂਟ। ਕਿਸਾਨਾਂ ਨੂੰ ਕੀ ਅਪੀਲ ਕਰਦੇ ਹੋ ਵੀ ਕਿਸ ਤਰ੍ਹਾਂ ਰੱਖਣੇ? ਮੈਂ ਕਿਸਾਨਾਂ ਨੂੰ ਫਿਰ ਵਾਰ ਵਾਰ ਅਪੀਲ ਕਰੂੰਗਾ ਕਿ ਝੋਨੇ ਦਾ ਬੀਜ ਸਾਨੂੰ ਬਹੁਤ ਹੀ ਥੋੜ੍ਹੀ ਜਿਹੀ ਮਿਕਦਾਰ ਵਿੱਚ ਚਾਹੀਦਾ ਹੁੰਦਾ, ਔਰ ਆਪਦੀ ਜਿਹੜੀ ਪਹਿਲਾਂ ਵਾਲੀ ਫਸਲ ਬੀਜੀ ਹੈ ਪਿਛਲੇ ਸਾਲ ਵਾਲੀ, ਉਹਦੇ ਵਿੱਚੋਂ ਵੀ 2-3-4 ਮਰਲੇ ਆਪਦੀ ਲੋੜ ਮੁਤਾਬਕ ਵੱਢ ਕੇ ਸਾਂਭਿਆ ਕਰਨ, ਔਰ ਬੀਜ ਦੇ ਜਿਹੜੇ ਮਹਿੰਗੇ ਬੀਜ ਆ ਉਹਨਾਂ ਦੇ ਖਰਚੇ ਤੋਂ ਬਚਣ ਅਤੇ ਆਪਦਾ ਜਿਹੜਾ ਇਨਕਮ ਵਧਾਉਣ। ਇੱਕ ਲਵਾਈ ਦਾ ਵੀ ਕਹਿ ਰਹੇ ਨੇ ਵੀ ਪਹਿਲਾਂ ਲਾਉਣ ਦਾ ਜਿਵੇਂ ਦਿੱਤੀ ਜਾਵੇ ਤਰੀਕ, ਇਸ ਵਾਰੀ ਲਵਾਈ ਦਾ ਕੀ ਤਰੀਕਾਂ ਕੀ ਨੇ? ਹਜੇ ਤੱਕ ਸਾਨੂੰ ਕੋਈ ਇਨਫੋਰਮੇਸ਼ਨ ਸਾਡੇ ਹਿਸਾਬ ਨਾਲ ਤਾਂ ਹਜੇ ਜਿਹੜੀ ਬੀਜ ਪਨੀਰੀ ਲਾਉਣ ਦੀ ਹੈਗਾ 20 ਤਰੀਕ ਤੋਂ ਬਾਅਦ ਹੀ ਪਨੀਰੀ ਲਾ ਸਕਦੇ ਹਾਂ ਜਾਂ 20 ਨੂੰ ਲਾ ਸਕਦੇ ਹਾਂ, ਹਜੇ ਕੋਈ ਸਰਕਾਰ ਵੱਲੋਂ ਕੋਈ ਇਹਦੀ ਡੇਟ ਨਹੀਂ ਪਤਾ। ਇਹਨਾਂ ਨੇ ਕੀਮਤਾਂ ਬਹੁਤ ਜ਼ਿਆਦਾ ਵਧਾ ਦੀਆਂ, ਅਤੇ ਦੂਜੀ ਗੱਲ ਬਲੈਕ ਵੇਚ, ਤੀਜੀ ਗੱਲ ਘਟੀਆ ਬੀਜ ਵੇਚ ਗਿਆ। ਪਿਛਲੀ ਵਾਰੀ ਬਹੁਤ ਘਟੀਆ ਬੀਜ ਫੜੇ ਗਏ ਆ, ਇੱਥੋਂ ਵੀ ਫੜੇ ਗਏ ਆ ਅਤੇ ਪੰਜਾਬ 'ਚ ਸਾਰੇ ਜ਼ਿਲ੍ਹੇ 'ਚੋਂ ਫੜੇ ਗਏ। ਇਸ ਕਰਕੇ ਇਹਦਾ ਫਿਕਸ ਰੇਟ ਹੋਣਾ ਚਾਹੀਦਾ, ਥੈਲੀ 'ਤੇ ਲਿਖਿਆ ਕਿਸਾਨ ਨੂੰ ਪਤਾ ਹੋਣਾ ਚਾਹੀਦਾ
ਉਹ ਬਲੈਕ ਨਹੀਂ ਹੋਣਾ ਚਾਹੀਦਾ ਅਤੇ ਡੁਪਲੀਕੇਟ ਨਹੀਂ ਹੋਣਾ ਚਾਹੀਦਾ। ਜੇ ਇਹ ਲੋਕ ਇਲੈਕਸ਼ਨਾਂ ਵੱਲ ਲੱਗੇ ਆ, ਇਹਨਾਂ ਨੂੰ ਮੈਂ ਬੇਨਤੀ ਕਰ ਦੇਣੀ ਚਾਹੁੰਦਾ ਸਿਆਸੀ ਪਾਰਟੀਆਂ ਔਰ ਲੀਡਰਾਂ ਨੂੰ, ਬਈ ਕਿਸਾਨ ਲੁੱਟੇ ਜਾ ਰਿਹਾ, ਤੁਹਾਨੂੰ ਵੋਟਾਂ ਦਾ ਚਾਅ ਚੜਿਆ ਹੋਇਆ, ਕਿਰਪਾ ਕਰਕੇ ਇਹਦੇ ਵੱਲ ਵੀ ਧਿਆਨ ਦਿਓ, ਨਹੀਂ ਅਸੀਂ ਵੱਡਾ ਅੰਦੋਲਨ ਸ਼ੁਰੂ ਕਰ। ਅੱਛਾ, ਜਿਹੜੇ ਬੀਜ ਆ ਇਸ ਵਾਰੀ ਕੀਮਤਾਂ ਵੱਧ ਗਈਆਂ, ਕੋਈ ਸਰਕਾਰ ਤੋਂ ਕੀ ਮੰਗ ਕੀ ਕਰਦੇ ਹੋ ਵੀ ਕਿਵੇਂ? ਅਸੀਂ ਇਹ ਮੰਗ ਕਰਦੇ ਹਾਂ ਵੀ ਕੀਮਤਾਂ ਕਈ ਗੁਣਾ ਵਧਾ ਦਿੱਤੀਆਂ ਨੇ ਇਹਨਾਂ ਨੇ ਸੀਡ ਦੀ। ਤੁਸੀਂ ਇਹ ਬੜਾ ਵੱਡਾ ਮਸਲਾ ਜੀ, ਪਿਛਲੇ ਵਾਰੀ ਇਹਨਾਂ ਨੇ 20 ਜੂਨ ਖੜਤਾ, ਉਹ ਸਾਡਾ ਪੱਕੇ ਸੀ, ਉਦੋਂ ਮੋਇਸਚਰ ਜ਼ਿਆਦਾ ਆ ਗਈ, ਠੰਡ ਆ ਗਈ, ਕਿਸਾਨਾਂ ਨੂੰ ਰੋਲਣਾ ਪਿਆ, ਇਸ ਕਰਕੇ ਇਹਨਾਂ ਨੂੰ ਚਾਹੀਦਾ ਕਿ 1 ਜੂਨ ਤੋਂ ਸਾਡੀ ਬਿਜਾਈ ਸ਼ੁਰੂ ਕਰਵਾਉਣੀ ਚਾਹੀਦੀ ਹੈ ਅਤੇ 1 ਮਈ ਤੋਂ ਸਾਡੀ ਪਨੀਰੀ ਲਵਾਉਣੀ ਚਾਹੀਦੀ। ਜੇ ਸਰਕਾਰ ਨੇ ਨਾ ਕਰਿਆ ਤਾਂ ਚੋਣਾਂ ਵਿੱਚ ਇਹਨਾਂ ਨੂੰ ਪਤਾ ਲੱਗ ਜੂਗਾ, ਇਹਨੂੰ ਪਹਿਲਾਂ ਇਹਨਾਂ ਨੂੰ ਐਲਾਨ ਹੋਣਾ ਚਾਹੀਦਾ ਪੰਜਾਬ ਸਰਕਾਰ ਦਾ, ਜੇ ਨਾ ਕਰਿਆ ਤਾਂ ਅਸੀਂ ਇਹਨਾਂ ਦੀ ਡਾਕਟਰੀ ਵਿਰੋਧਤਾ ਕਰਾਂਗੇ ਵੋਟਾਂ ਵਿੱਚ। ਉਹ ਪਹਿਲਾਂ ਬੀਜਣ ਦਾ ਵੀ ਹੈਗਾ ਤੁਹਾਡਾ ਵਿਚਾਰ ਵੀ ਜਿਹੜੇ ਵੀ ਪਨੀਰੀਆਂ ਨੇ ਉਹ ਪਹਿਲਾਂ ਵੀ ਬੀਜੀਆਂ ਜਾਣ? ਅਤੇ ਜੇ ਇਹਨਾਂ ਨੇ ਨਾ ਕਰਿਆ ਤਾਂ ਅਸੀਂ ਥੋੜ੍ਹੇ ਤੋਂ ਥੋੜ੍ਹੇ ਕਾਨੂੰਨ ਦੀ ਉਲੰਘਣਾ ਕਰਾਂਗੇ ਅਤੇ ਪਹਿਲਾਂ ਬੀਜਾਂਗੇ। ਠੀਕ, ਕਾਰਨ ਅੱਗੇ 20 ਰੁਪਈਏ 30 ਰੁਪਈਏ ਮਿਲਦਾ ਸੀ ਬੀਜ, ਐਰ ਕੀ 60-70-80 ਰੁਪਈਏ 2800 ਦੀ ਗੁੱਥੀ ਮਿਲਦੀ 30 ਕਿਲੋ ਵਾਲੀ, ਅਤੇ ਇਹਦੇ ਨਾਲ ਕਿਸਾਨਾਂ ਦੀ ਤਾਂ ਬਹੁਤ ਜ਼ਿਆਦਾ ਲੁੱਟ ਹੈ ਜੀ, ਕਿਸਾਨ ਤਾਂ ਅੱਗੇ ਹੀ ਪਹਿਲਾਂ ਬਹੁਤ ਮਾਰਿਆ ਪਿਆ ਵਾ। ਕੀ ਕਾਰਨ ਕੀ ਮੰਨਦੇ ਹੋ ਮਹਿੰਗਾ ਹੋਣ? ਮਹਿੰਗਾ ਹੋਣ ਦਾ ਜੀ ਕਾਰਨ ਇਹ ਜਿਹੜੇ ਸਟੋਰ ਬੀਜ ਸਟੋਰ ਕੀਤੇ ਆ, ਇਹ ਰਲੇ ਹੋਏ ਆ, ਸਾਰੇ ਅਫਸਰ ਵੀ ਰਲੇ ਆ ਇਹਨਾਂ ਨਾਲ ਜਿਹਨਾਂ ਜਿਹੜੇ ਬੀਜ ਤਿਆਰ ਕਰਦੇ ਆ ਅਤੇ ਸਟੋਰਾਂ ਵਾਲੇ ਵੀ, ਅਤੇ ਕੋਈ ਜਾਂਚ ਨਹੀਂ ਕਰ ਰਿਹਾ ਜੀ ਇਹਨਾਂ ਦੀ ਸਰਕਾਰੀ ਅਦਾਰਾ ਕੋਈ। ਅੱਛਾ, ਕਿਹੜਾ ਬੀਜ ਆ ਜਿਹੜਾ ਇਸ ਵਾਰੀ ਲੋਕਾਂ ਦੀ ਜ਼ਿਆਦਾ ਮੰਗ ਆ ਅਤੇ ਜਿਹੜਾ ਮਹਿੰਗਾ ਹੋਇਆ? ਜ਼ਿਆਦਾ ਮੰਗ ਜੀ 44 ਫੂਸਾ ਅਤੇ ਡੋਗਰ ਦੀ ਆ ਜੀ। ਹਾਂਜੀ, ਇਹ ਬਹੁਤ ਜ਼ਿਆਦਾ ਮਹਿੰਗੇ ਆ ਜੀ ਇਹ ਬੀਜ। ਮਾਰਕੀਟ ਦੇ ਵਿੱਚੋਂ ਕਿੰਨੇ ਦਾ ਮਿਲ ਰਿਹਾ? ਮਾਰਕੀਟ 'ਚੋਂ ਹੁਣ 70-80 ਰੁਪਈਏ ਕਿਲੋ ਮਿਲ ਰਿਹਾ। ਜ਼ਿਆਦਾ ਮਹਿੰਗਾ ਹੋਣ ਕਰਕੇ ਨਾ ਮਿਲਣ ਕਰਕੇ ਤੁਹਾਨੂੰ ਲੱਗਦਾ ਨਹੀਂ ਵੀ ਨਕਲੀ ਬੀਜ ਵੀ ਦਿੱਤੇ ਜਾਣ? ਨਕਲੀ ਬੀਜ ਦੇ ਸਕਦੇ ਜੀ ਸਰਕਾਰ, ਇਹ ਆਪਣੇ ਮੈਂ ਰਲੇ ਕਰਕੇ ਦਿੰਦੇ ਆ ਜੀ। ਅੱਗੇ ਵੀ ਬਹੁਤ ਵਾਰੀ ਕਿਸਾਨਾਂ ਨੂੰ ਹੋਇਆ, ਦਵਾਈਆਂ ਵੀ ਨਕਲੀ ਆ ਜਾਂ ਵੀ ਨਕਲੀ ਹੈਗੇ। ਪਿਛਲੀ ਵਾਰ ਕੋਈ ਦੁਕਾਨ ਵੀ ਮੋਗੇ ਜ਼ਿਲ੍ਹੇ 'ਚ ਬੰਦ ਕਰਾਈ ਜੀ? ਹਾਂਜੀ ਦੁਕਾਨ ਵੀ ਬੰਦ ਕਰਾਈ ਸੀ, ਉੱਧਰ ਨਕਲੀ ਬੀਜ ਫੜੇ ਗਏ ਸੀ। ਹੁਣ ਜਿਵੇਂ ਇੰਨਾ ਮਹਿੰਗਾ ਰੇਟ ਤੁਸੀਂ ਲੈ ਕੇ ਆਏ, ਕੀ ਚਾਹੀਦਾ ਕੀ ਹੈ ਕਿਸਾਨਾਂ ਵਾਸਤੇ? ਚਾਹੀਦਾ ਜੀ ਕਿਸਾਨ 'ਤੇ ਬੀਜ ਮਿਲਣਾ, ਸਰਕਾਰੀ ਰੇਟਾਂ 'ਤੇ ਮਿਲਣਾ, ਸਰਕਾਰੀ ਸਾਈਡ ਕੰਮ ਦਿੱਤੇ ਜਾਣ, ਸਰਕਾਰੀ ਅਦਾਰਿਆਂ ਦਿੱਤੇ ਜਾਣ, ਤਾਂ ਕਿ ਕਿਸਾਨ ਦੀ ਲੁੱਟ ਤੋਂ ਆਪਾਂ ਬਚ ਸਕੀਏ। ਦੁਕਾਨਦਾਰ ਹੀ ਲੁੱਟ ਕਰ ਰਹੇ ਨੇ? ਦੁਕਾਨਦਾਰ ਕਰ ਰਹੇ ਜੀ ਸਾਰੇ ਬੜੇ ਵਿਆਹ ਜੀ। ਤੁਸੀਂ ਆਪ ਨਹੀਂ ਬੀਜ ਤਿਆਰ ਕੀਤੇ ਕਿਸਾਨ? ਬੀਜ ਤਿਆਰ ਕਰਦੇ ਆ ਜੀ ਆਪ, ਇਹ ਫਿਰ ਆਪਣੇ ਖੇਤੀ ਵੱਧ ਹੋਣ ਕਾਰਨ ਕਰਾਉਂਦੇ ਹਾਂ। ਚਾਹੁੰਦੇ ਹਾਂ ਜੀ ਸਰਕਾਰ ਤੋਂ ਵੀ ਇਹਨਾਂ ਦੀ ਸਾਰੀਆਂ ਦੁਕਾਨਦਾਰਾਂ 'ਤੇ ਜਿੱਥੇ ਵੀ ਸਟੋਰ ਕੀਤੇ ਉੱਥੇ ਇਨਕੁਆਇਰੀ ਕੀਤੀ ਜਾਵੇ ਅਤੇ ਲੋਕਾਂ ਨੂੰ ਬੀਜ ਮੁਹੱਈਆ ਸਹੀ ਅਤੇ ਸਸਤਾ ਕਰਾਇਆ ਜਾਵੇ।